ਮਲਕ ਸਾਹਿਬ ਇਹ ਦੱਸੋ ਕਿ ਫਤਿਹ ਮੁਹੰਮਦ ਮਲਕ ਤੁਸੀਂ ਕਦੋਂ ਬਣੇ? ਫਤਿਹ ਫਾਤਿਹ ਬਲਕ ਮੈਂ ਬਹੁਤ ਸੋਚ ਸਮਝ ਕੇ ਤੇਰੇ ਨਾਮ ਵਿੱਚ ਇੱਕ ਹਰਫ ਰੱਖਿਆ, ਉਹ ਹੈ ਮੁਹੰਮਦ। ਉਹ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ, ਉਹ ਜੋ ਬਣੇਗਾ। ਅਬਲਦ ਇਹ ਕਿ ਪਾਕਿਸਤਾਨ ਦੇ ਹਰ ਸੂਬੇ 'ਚ ਪ੍ਰਾਇਮਰੀ ਤਾਲੀਮ ਲੋਕਲ ਜ਼ਬਾਨ ਵਿੱਚ ਹੋ। ਸ਼ਰੀਫ ਸਾਬਰ ਸਾਹਿਬ ਨੇ ਦੱਸਿਆ ਕਿ ਉਹਨਾਂ ਜਿਹੜੇ ਉਸਤਾਦ ਕੋਲੋਂ ਫਾਰਸੀ ਪੜ੍ਹੀ ਉਹ ਹਿੰਦੂ ਉਸਤਾਦ ਸੀ ਜੀ ਕੀ। ਔਰ ਜਿਹੜੇ ਤੁਹਾਡੇ ਉਸਤਾਦ ਨੇ, ਤੁਹਾਨੂੰ ਇਸ ਸਵਾਲ ਨੂੰ ਕੋਈ ਯਾਦ ਹੋਏ ਕਿ ਤੁਹਾਡੇ ਉਸਤਾਦ ਤੁਹਾਨੂੰ ਕੀ ਪੜ੍ਹਾਉਂਦੇ ਸਨ ਜਿਹੜੇ ਹਿੰਦੂ ਜਾਂ ਸਿੱਖ ਸਨ? ਹਿੰਦੂ ਕਿਸੇ ਉਸਤਾਦ ਦੀ ਤਾਂ ਕੋਈ ਇੰਨੀ ਯਾਦ ਨਹੀਂ ਪੜ੍ਹਾਉਂਦੇ, ਉਹ ਵੀ ਗਏ ਸਨ। ਸਿੱਖ ਇੱਕ ਉਸਤਾਦ ਹੈ ਜਿਹੜਾ ਪਹਿਲੀ ਜਮਾਤ ਵਿੱਚ ਉਸਤਾਦ ਸੀ ਸਾਡਾ। ਅੱਛਾ, ਖੁਦ ਮੇਰੇ ਵਾਲਿਦ ਸਾਹਿਬ ਜਿਸ ਤਰ੍ਹਾਂ ਦੱਸਿਆ ਕਿ ਉਹ ਸਕੂਲ ਉਸੇ ਸਕੂਲ ਵਿੱਚ ਪੜ੍ਹਾਉਂਦੇ ਸਨ, ਲੇਕਿਨ ਉਹ ਮਾਸਟਰ ਹਰਨਾਮ ਸਿੰਘ ਜਿਹੜਾ ਸੀ ਉਹਨਾਂ ਨੂੰ ਇੱਕ ਸਪੈਸ਼ਲਾਈਜੇਸ਼ਨ ਉਹਨਾਂ ਦੀ ਐਸੀ ਸੀ ਕਿ ਜੋ ਬੱਚਾ ਨਹੀਂ ਪੜ੍ਹ ਸਕਦਾ ਤਾਂ ਤਵੱਜੋ ਨਹੀਂ ਉਸਦੀ ਹੋ ਸਕਦੀ, ਪਹਿਲੀ ਤੋਂ ਹੀ ਉਹ ਮੁਨਹਰਿਫ ਹੋ ਜਾਂਦਾ, ਉਸਨੂੰ ਉਹ ਰਾਹ ਲਾ ਦਿੱਤਾ। ਅੱਛਾ, ਉਹ ਕੀ ਗੁਰ ਸੀ ਉਹਨਾਂ? ਉਹ ਪਤਾ ਨਹੀਂ। ਅੱਛਾ, ਉਹ ਮੁਮਕਿਨ ਹੈ ਕਿ ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਐਸਾ ਹੋਵੇ ਜਾਂ ਕੋਈ, ਲੇਕਿਨ ਜ਼ਾਤੀ ਤੌਰ 'ਤੇ ਮੇਰੇ ਜਿਹੜਾ ਤਜਰਬਾ ਇਹ ਹੈ ਕਿ ਮੈਨੂੰ ਵਾਲਿਦ ਸਾਹਿਬ ਕਿਹਾ ਕਿ ਮੈਂ ਉਹਨਾਂ ਨਾਲ ਮਾਸਟਰ ਹਰਨਾਮ ਸਿੰਘ ਨਾਲ ਗੱਲ ਕੀਤੀ ਅਤੇ ਉਹ ਬੜੇ ਖੁਸ਼ ਨੇ, ਤੂੰ ਉਹਨਾਂ ਜ਼ੋਰ ਤੋਂ ਬਾਅਦ ਉੱਥੇ ਚਲਾ ਗਿਆ ਤਾ ਅਤੇ ਫਿਰ ਪੁੱਛ ਲਿਆ ਉਹਨਾਂ ਕੋਲ ਕਿ ਫਿਰ ਕਦੋਂ ਆਵਾਂ, ਕੱਲ ਆਵਾਂ, ਪਰਸੋਂ ਆਵਾਂ ਅਤੇ ਉਹ ਤੁਹਾਨੂੰ ਪੜ੍ਹਾ ਅਤੇ ਇਸ ਕਦਰ ਸ਼ਫਕਤ ਦਾ ਕਿ ਬਈ ਗਰਮੀਆਂ ਦੇ ਮੌਸਮ ਤੋਂ ਬਸ ਜ਼ੋਰ ਤੋਂ ਬਾਅਦ ਕਿਹਾ ਅਤੇ ਬਾਅਦ ਔਕਾਤ ਪੈ ਜਾਂਦਾ ਸਾ ਤਾਂ ਉਹ ਅੱਜ ਸੁੱਤੇ ਹੁੰਦੇ ਸੀ ਘਰ ਵਾਲੇ ਉਹਨਾਂ ਦੀਆਂ ਗਾਉਂਦੇ ਸੀ। ਉਹ ਬਾਅਦ ਗਲੀ ਗਲੀ ਦੇ ਨੁੱਕੜ 'ਤੇ ਇੱਕ ਚਾਰਪਾਈ ਪਈ ਹੁੰਦੀ ਸੀ, ਉਹ ਉੱਠ ਕੇ ਬਾਹਰ ਉਸ ਚਾਰਪਾਈ 'ਤੇ ਆ ਜਾਂਦੇ ਅਤੇ ਮੈਨੂੰ ਵੀ ਕੋਲ ਬਿਠਾ ਲੈਂਦੇ। ਹੁਣ ਉਹ ਚੁੱਕੇ ਬਾਜ਼ ਔਕਾਤ ਲੇਟ ਉਹ ਉੱਠਦੇ ਸਨ ਅਤੇ ਉਹ ਜਾਗ ਕੇ ਜਿਹੜੇ ਲੱਸੀ ਪੀਂਦੇ ਸਨ, ਉਹ ਉਸੇ ਵੇਲੇ ਲਿਟਕੀ ਜਾ ਰਹੀ ਹੁੰਦੀ ਸੀ ਲੱਸੀ, ਅਤੇ ਉਹ ਬਾਹਰ ਆ ਗਏ, ਲੱਸੀ ਦਾ ਗਿਲਾਸ ਬਾਅਦ ਆਇਆ ਕਿਉਂਕਿ ਉਹਦਾ ਇਹ ਸੋਚਿਆ ਕਿ ਮੈਂ ਬੱਚਾ ਇੰਤਜ਼ਾਰ ਕਰ ਰਿਹਾ। ਅਤੇ ਉਸ ਵੇਲੇ ਦੋ ਗਿਲਾਸ ਆਉਂਦੇ ਸਨ ਲੱਸੀ, ਇੱਕ ਮੇਰੇ ਵਾਸਤੇ ਇੱਕ ਉਹਦਾ ਵਾਸਤੇ। ਅਤੇ ਇਸੇ ਤਰ੍ਹਾਂ ਦਾ ਹੈ ਸੀ ਕਿ ਸਿੱਖਾਂ ਦਾ ਜਿਹੜਾ ਹੈ ਸੀ ਉਹ ਜ਼ਰਾ ਜ਼ਿਆਦਾ ਮੁਸਲਮਾਨਾਂ ਨਾਲ ਇਸ ਇਤਬਾਰ ਨਾਲ ਕਰੀਬ ਸਨ ਕਿ ਇੱਕ ਤਾਂ ਉੱਥੇ ਛੂਤ ਛਾਤ ਸਿੱਖਾਂ ਅਤੇ ਮੁਸਲਮਾਨਾਂ 'ਚ ਕੋਈ ਨਹੀਂ, ਦੂਸਰਾ ਉਹ ਇੱਕ ਹੀ ਖੁਦਾ 'ਤੇ ਯਕੀਨ ਕਰਦੇ, ਉਹ ਇੱਕ ਤੋਂ ਜ਼ਿਆਦਾ ਖੁਦਾ ਦੇ ਕਾਇਲ ਨਹੀਂ ਤੌਹੀਦ ਪ੍ਰਸਤ। ਇਹ ਚੀਜ਼ਾਂ ਮੇਰਾ ਖਿਆਲ ਹੈ ਤੌਹੀਦ ਪ੍ਰਸਤੀ ਦੀ ਵਜ੍ਹਾ ਨਾਲ ਇਹ ਹੁੰਦਾ ਕਿ ਉਹ ਸਮਝਦੇ ਮੁਸਲਮਾਨ ਸਿੱਖ ਦੋਵਾਂ ਇੱਕ ਹੀ ਖੁਦਾ ਪੈਦਾ ਕੀਤੇ ਅਤੇ ਕੋਈ ਛੂਤ ਛਾਤ ਦੀ ਜ਼ਰੂਰਤ ਨਹੀਂ। ਅੱਛਾ, ਤਾਂ ਉਹਨਾਂ ਨੂੰ ਬੜੀ ਯਾਦ ਰਾਤੀ ਉਹ ਕੀ ਪੜ੍ਹਾਉਂਦੇ ਸਨ ਹਰਨਾਮ ਸਿੰਘ? ਉਹ ਪੰਜਾਬੀ ਅਲਫਬੇਤ ਪੰਜਾਬੀ 'ਚ ਉਰਦੂ ਪੜ੍ਹਾਉਂਦੇ ਸਨ, ਉਰਦੂ ਸਿਖਾਉਂਦੇ ਸਨ। ਅੱਛਾ, ਅਤੇ ਹੁਣ ਬੜਾ ਉਦਾਂ ਦੇ ਜ਼ਰੀਏ ਤਾਲੀਮ ਉਰਦੂ ਪੜ੍ਹਦੇ। ਬਈ ਅਬਲਦ ਇਹ ਕਿ ਪਾਕਿਸਤਾਨ ਦੇ ਹਰ ਸੂਬੇ 'ਚ ਪ੍ਰਾਇਮਰੀ ਤਾਲੀਮ ਲੋਕਲ ਜ਼ਬਾਨ ਵਿੱਚ ਹੀ ਹੁੰਦੀ। ਬਿਲਕੁਲ ਸਹੀ, ਐਵੇਂ ਹੁਣ ਵੀ ਯਾਦ ਵੀ ਉਹ ਜਿਸ ਵੇਲੇ ਉਹ ਸਿਖਾਉਂਦੇ ਸਨ ਆਪਣਾ, ਯਾਨੀ ਤੁਸੀਂ ਕਾਇਦਾ ਉਰਦੂ ਦਾ ਰੱਖੋ ਜਾਂ ਅੰਗਰੇਜ਼ੀ ਰੱਖੋ, ਉਹ ਤੁਸੀਂ ਪੜ੍ਹਾਉਂਦੇ ਤੋ ਆਪਣੀ ਜ਼ੁਬਾਨ 'ਚ ਨਹੀਂ, ਭਾਵੇਂ ਉਹ ਸਿੰਧੀ ਹੋਏ, ਬਲੋਚੀ ਹੋਏ, ਪਸ਼ਤੋ ਹੋਏ ਜਾਂ ਪੰਜਾਬੀ ਹੋਏ। ਔਰ ਇਹ ਜਿਹੜੇ ਪਹਾੜੇ ਸਿਖਾਉਂਦੇ ਸਨ ਨਾ ਜੀ, ਤੁਹਾਨੂੰ ਅੱਛਾ, ਹੁਣ ਉਸ ਵਿੱਚ ਕੋਈ ਇਹ ਨਹੀਂ ਕਿ ਬਈ ਕੋਈ ਲਿਖਿਆ ਕਿ ਜੀ ਹਿਸਾਬ ਪੜ੍ਹਾਂਗੇ, ਜ਼ਰੀਆ ਤਾਲੀਮ ਕੀ ਹੋਰ। ਬਈ ਅਗਰ ਲੋਕਲ ਲੈਂਗੁਏਜ ਤੁਸੀਂ ਨਹੀਂ ਪੜ੍ਹਾਓਗੇ ਤੇ ਬੱਚੇ ਨੂੰ ਸਮਝਦੀ ਨਹੀਂ ਆ ਰਹੀ ਨਾ। ਬਿਲਕੁਲ ਸਹੀ, ਉਹ ਤਾਂ ਹਰ ਜਗ੍ਹਾ ਅਬਲਦ ਲੋਕਲ ਲੈਂਗੁਏਜ ਹਮੇਸ਼ਾ ਹੀ ਰਹੇ। ਬਿਲਕੁਲ ਸਹੀ, ਜੋ ਇਸ ਤਰ੍ਹਾਂ।
ਮਲਕ ਸਾਹਿਬ ਇਹ ਦੱਸੋ ਕਿ ਫਤਿਹ ਮੁਹੰਮਦ ਮਲਕ ਤੁਸੀਂ ਕਦੋਂ ਬਣੇ? ਇਸ ਤਰ੍ਹਾਂ ਹੋਇਆ ਕਿ ਮੈਂ ਜਿਸ ਵੇਲੇ ਗੌਰਮੈਂਟ ਕਾਲਜ ਕੈਮਲਪੁਰ ਵਿੱਚ ਦਾਖਲ ਹੋਇਆ ਤੇ ਉਸ ਵੇਲੇ ਸੀ ਕਿ ਬਈ ਕੋਈ ਅਦਬ ਨਾਲ ਚੁੱਕੇ ਸ਼ਰਫ ਸੀ ਦੋਸਤ ਵੀ ਸਾਰੇ ਬੰਦੂ ਭਾਈ ਸ਼ਫਕਤ ਮਿਰਜ਼ਾ ਸ਼ੋਰਿਸ਼ ਭਲਕ ਇਸ ਸਾਰੇ ਲੋਕ ਕੋਈ ਮੇਰੇ ਨਾਲ ਦੋ ਸਾਲ ਲੱਗੇ ਕੋਈ ਸਾਲ ਲੱਗੇ ਉਸ ਤਰ੍ਹਾਂ ਤੇ ਬੜਾ ਅਦਬੀ ਮਾਹੌਲ ਸੀ ਕੈਮਲਪੁਰ ਕਾਲਜ ਤੇ ਉਹ ਮੈਂ ਨਵੀਂ ਨਵੀਂ ਛਪੇ ਸਭ ਕਿਤਾਬਾਂ ਇਹ 52 ਦੀ 52 ਦੀ ਸਾਲ 52 ਦੀ ਗੱਲ ਤੇ ਉਹ ਛੋਲੇ ਗੋਲ ਦੇ ਦੱਸੇ ਸਭਾ ਉਹ ਮੈਂ ਖਰੀਦੀ ਤੇ ਘਰ ਆਇਆ ਛੁੱਟੀਆਂ ਹੋਈਆਂ ਤੇ ਉਹ ਵਾਲਿਦ ਸਾਹਿਬ ਲਿਖਿਆ ਤੇ ਉੱਤੇ ਲਿਖਿਆ ਫਤਿਹ ਫਾਤਿਹ ਬਲਕ ਉਹ ਵਾਲਿਦ ਸਾਹਿਬ ਕਦੀ ਨਾ ਡਾਂਟਿਆ ਨਾ ਕੋਈ ਇਖਤਲਾਫ ਵੀ ਕਰਦੇ ਸਨ ਸਿਕਾਦੇ ਨੇ ਹੱਸਦੇ ਹੱਸਦੇ ਬੜੇ ਦਰਵੇਸ਼ ਦੇ ਉਹ ਕਹਿਣ ਲੱਗੇ ਇਹ ਕੌਣ ਹੈ ਬੰਦਾ ਮੈਂ ਕੀਤੀ ਹੈ ਮਨ ਸ਼ੋਕ ਚੜਿਆ ਸ਼ੇਰ ਤਾਂ ਨਹੀਂ ਕਹਿ ਸਕਦਾ ਫਾਤੇ ਧਰਾ ਨਜ਼ਰ ਆ ਗਿਆ ਅੱਛਾ ਉਹ ਕਹਿਣ ਲੱਗਾ ਗੱਲ ਸੁਣ ਮੈਂ ਬਹੁਤ ਸੋਚ ਸਮਝ ਕੇ ਤੇਰੇ ਨਾਮ ਵਿੱਚ ਇੱਕ ਹਰਫ ਰੱਖਿਆ ਉਹ ਹੈ ਮੁਹੰਮਦ ਉਹ ਅੱਗੇ ਪਿੱਛੇ ਨਹੀਂ ਆਉਣਾ ਚਾਹੀਦਾ ਹੋਰ ਜੋ ਬੰਦੇ ਕਾਲ ਬਿਲਕੁਲ ਸਹੀ ਅੱਛਾ ਮੈਂ ਉਸ ਤੋਂ ਬਾਅਦ ਫਿਰ ਰਸਤੇ ਰਸਤੇ ਉਹ ਆਪਣੇ ਘਰ ਲੱਗ ਗਿਆ ਮੈਂ ਫਿਰ ਸੋਚਿਆ ਇਹ ਕੀ ਜ਼ਰੂਰਤ ਹੈ ਲਾਲਚ ਖਾਲਚ ਰੱਖਣੇ ਜੋ ਮੇਰਾ ਨਾਂ ਹੈ ਉਹ ਹੀ ਹੋ ਜਾਏ ਜ਼ਿਆਦਾ ਜ਼ਿਆਦਾ ਆਵਾਣ ਨਾ ਲਿਖੇ ਕਿ ਉਹ ਬਹੁਤ ਆਕੜੇ ਹੈ ਜਾਂ ਨਫਜ਼ ਹੈ ਅਤੇ ਮਲਕ ਰੱਖੇ ਮੈਂ ਮਾਨ ਇਤਬਾਰ ਨਾਲ ਪੁੱਛਿਆ ਸੀ ਕਿ ਤੁਸੀਂ ਫਤਿਹ ਮੁਹੰਮਦ ਮਲਕ ਜੀ ਇੱਕ ਪਹਿਚਾਣ ਜਦੋਂ ਬਣੀ ਇਹ ਗੱਲ ਇਹ ਆਪਣਾ ਗੌਰਮੈਂਟ ਕਾਲਜ ਕੈਮਲਪੁਰ ਉੱਥੇ ਤੁਸੀਂ ਕੋਈ ਲਿਖਣਾ ਪੜ੍ਹਨਾ ਸ਼ੁਰੂ ਕਰ ਉੱਥੇ ਸ਼ੁਰੂ ਕਰ ਦਿੱਤਾ ਉੱਥੇ ਇਹ ਸੀ ਕਿ ਉਸ ਵੇਲੇ ਗੌਰਮੈਂਟ ਕਾਲਜ ਕੈਮਲਪੁਰ ਵਿੱਚ ਡਾਕਟਰ ਗੁਲਾਬ ਜੀ ਰਾਜੀਵ ਪ੍ਰੋਫੈਸਰ ਮੁਹੰਮਦ ਉਸਮਾਨ ਕਿਤੇ ਨਾਮ ਲਈ ਬੜੇ ਹੀ ਅੱਛੇ ਅਸਾਧਿਆ ਸਨ ਹੁਣ ਅੱਜ ਕੱਲ੍ਹ ਗਿਣੇ ਜ਼ਿਆਦਾ ਨੇ ਜੀ ਬੜੀ ਇੱਤੀ ਯੂਨੀਵਰਸਿਟੀਆਂ ਬਣਾ ਦਿੱਤੀਆਂ ਅਤੇ ਕਾਲਜ ਬਣਾ ਦਿੱਤੇ ਅੱਛੀ ਗੱਲ ਹੈ ਲੇਕਿਨ ਉਸ ਵੇਲੇ ਦਮਿਆਂ ਵਾਲੀ ਕੋਈ ਕਾਲਜ ਸੀ ਨਾ ਕੁਹਾਟ ਕੋਈ ਸੀ ਅੱਛਾ ਸਾਰੇ ਸਟੂਡੈਂਟ ਕੈਮਲਪੁਰ ਵਾਲੇ ਸਨ ਇੱਕੋ ਇੱਕ ਅੱਛਾ ਟੀਚਰ ਉੱਥੇ ਮੌਜੂਦ ਸੀ ਅਤੇ ਇਹ ਇਤਫਾਕ ਹੈ ਕਿ ਜਿਸ ਵੇਲੇ ਮੈਂ ਫਸਟ ਈਅਰ ਦਾਖਲ ਹੋਇਆ ਤਾਂ ਉਸ ਵੇਲੇ ਡਾਕਟਰ ਗੁਲਾਬ ਜੀ ਰਾਜੀ ਵਰਕ ਔਰ ਪ੍ਰੋਫੈਸਰ ਉਸਮਾਨ ਜੈਸੇ ਲੋਕ ਉੱਥੇ ਪੜ੍ਹਾ ਰਹੇ ਸਨ ਔਰ ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਕਿਉਂ ਪੜ੍ਹ ਰਿਹਾ ਇਹ ਕਿਉਂ ਸੋਚ ਰਿਹਾ ਉਹ ਹਰ ਗੱਲ ਨੂੰ ਕਿ ਬਈ ਕਿਤਾਬ ਪੜ੍ਹ ਰਿਹਾ ਕਮਿਊਨਿਜ਼ਮ 'ਤੇ ਦੇਖਿਆ ਬੜੀ ਅੱਛੀ ਮੈਂ ਅਜੇ ਤੱਕ ਤਾਂ ਪੜ੍ਹੀ ਤੂੰ ਪੜ੍ਹ ਰਹੇ ਹੋ ਤਾਂ ਮੈਂ ਦੇ ਦੇਣਾ ਮੈਂ ਹੀ ਕਿਤਾਬ ਪੜ੍ਹ ਰਿਹਾ ਉਹ ਪੜ੍ਹ ਕੇ ਤੰਦਰੁਸਤ ਅੱਛਾ ਉਹ ਹੁੰਦਾ ਹੀ ਕਿ ਕੋਈ ਇਸਲਾਮ ਦੀ ਕਿਤਾਬ ਹੁੰਦੀ ਬੜੀ ਅਤੇ ਇਸ ਵਾਸਤੇ ਮੇਰੀ ਜਿਹੜੀ ਇਹ ਤਰੱਕੀ ਪਸੰਦੀ ਦੇ ਇਤਿਹਾਸ ਪਸੰਦ ਦੌਰ ਇਹਦਾ ਉਸੀ 'ਚ ਵੀ ਦੀਦੀ ਸ਼ਨਾਖਤ ਜਿਹੜੀ ਉਹ ਕਮਜ਼ੋਰ ਕਦੀ ਨਹੀਂ ਉਸ ਦਾ ਜ਼ਿਆਦਾ ਜਿਹੜਾ ਹੈ ਮੈਂ ਸਮਝਦਾ ਸਬਬ ਹੋਣ ਇਹ ਖੁਦ ਮੇਰੇ ਵਾਲਿਦ ਸਾਹਿਬ ਦਾ ਰਵੱਈਆ ਤੇ ਇੱਕ ਜਿਹੜੇ ਅਸਾਦਸਾ ਸਾਨੂੰ ਮਿਲੇ ਉਹਦਾ ਕਦੀ ਇਹ ਨਹੀਂ ਕਿਹਾ ਕਿ ਇਹ ਕਿਤਾਬ ਠੀਕ ਨਹੀਂ ਇਹਦਾ ਪੜ੍ਹੀ ਕਰੋ ਤੇ ਇਹ ਆਪਣਾ ਇਸ ਦੀ ਵਜ੍ਹਾ ਉਹ ਕਿਤਾਬ ਉਹਦਾ ਹੀ ਕਹਿਣਾ ਕਿ ਮੈਂ ਉਹ ਜਿਸ ਤਰਕੀਬ ਸ਼ਾਇਰਾਂ ਦੇ ਮਜਬੂਰੇ ਨਦੀਮ ਫੈਜ਼ ਤੇ ਦੇਖੇ ਨਾ ਉਹਨਾਂ ਕਿਹਾ ਕਿ ਮੈਂ ਸੁਣ ਲਿਆ ਸੀ ਕਿ ਇਹ ਸ਼ਾਇਆ ਹੋ ਗਿਆ ਲੇਕਿਨ ਨਹੀਂ ਜੀ ਮੈਂ ਖਰੀਦੇ ਨਹੀਂ ਅਤੇ ਇੱਦਾਂ ਲਾਇਬ੍ਰੇਰੀ 'ਚ ਆਇਆ ਇਹ 3 ਦਿਨ ਬਾਅਦ ਤੋਂ ਮੈਨੂੰ ਅਗਰ ਦੇ ਦੇ ਅਤੇ ਮੈਂ ਇੱਕ ਕਿਤਾਬ ਪੜ੍ਹ ਰਿਹਾ ਜਿਹੜੀ 3 ਦਿਨ ਵਿੱਚ ਖਤਮ ਹੋ ਜਾਏਗੀ ਬਿਲਕੁਲ ਸਹੀ ਉਹ ਤੈਨੂੰ ਦੇ ਦਿਆਂਗਾ ਬਿਲਕੁਲ ਔਰ ਉਹ ਕਿਤਾਬ ਹੈ ਜੀ ਦ ਰੋਡ ਟੂ ਮੱਕਾ ਬਾਬਾ ਹਸਨ ਦੀ ਅੱਛਾ ਤਾਂ ਉਹ ਹੁਣ ਮੈਨੂੰ ਪਤਾ ਲੱਗਦਾ ਕਿ ਉਹ ਇਹ ਤਰੀਕਾਕਾਰ ਸੀ ਜੀ ਜੀ ਕਿ ਮੈਂ
लेफ्टिस्ट सोशलिस्ट हर तरह के शायरा अदीबा मुफक्करा पढ़ा, नाल इस्लाम तो भी दूर।